ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ, ਵਧੀਆ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ। ਅਤੇ ਆਪਣੇ ਆਪਣੇ ਕਿੱਦਾਂ ਦੇ ਹਾਲ ਚਾਲ ਨੇ, ਕੰਮ ਕਾਰ ਕਿੱਦਾਂ ਚੱਲਦੇ ਆ ਸਾਰੇ? ਅਤੇ ਸਪੈਸ਼ਲ ਇੰਡੀਆ ਵਾਲਿਆਂ ਵਾਸਤੇ ਵੀ ਕਿੱਦਾਂ ਦਾ ਮਾਹੌਲ ਚੱਲਦਾ ਪਿਆ ਇੰਡੀਆ ਵਾਸਤੇ, ਕਿਉਂਕਿ ਇੰਡੀਆ ਵੱਲ ਤਾਂ ਖਬਰ ਤਾਂ ਇਹੀ ਉੱਡਦੀ ਜਾਂਦੀ ਆ ਕਿ ਬਹੁਤ ਜਿਹੜੇ ਹਾਲਾਤ ਆ ਮਾੜੇ ਆ, ਫਲਾਈਟਾਂ ਜਿਹੜੀਆਂ ਬੰਦ ਹੋ ਗਈਆਂ ਵਾ ਕਾਫੀ ਜ਼ਿਆਦਾ। ਜੇ ਕੋਈ ਪਲੈਨ ਬਣਾਉਂਦਾ ਹੀ ਸ਼ਾਇਦ ਇੰਡੀਆ ਜਾਣ ਦਾ, ਤਾਂ ਉਹ ਵੀ ਨਹੀਂ ਹੈਗਾ। ਅਤੇ ਤਰਨਾ ਨੂੰ 15 ਦਿਨ ਛੁੱਟੀਆਂ ਰਹੀਆਂ ਪਿਛਲੇ 2 ਹਫ਼ਤੇ, ਅਤੇ ਤਰਨਾ ਨੇ ਟਰਾਈ ਕੀਤੀ ਇੰਡੀਆ ਜਾਣ ਦੀ, ਟਿਕਟ ਵਗੈਰਾ ਪੁੱਛੀ, ਅਤੇ ਪਰ ਉਹਨਾਂ ਨੂੰ ਟਿਕਟ ਇੱਕ ਸਾਈਡ ਦੀ ਅਤੇ ਸਿੰਗਲ ਜਿਹੜੀ ਹੈ ਸਿੰਗਲ ਸਿੰਗਲ ਮਿਲਦੀ ਸੀ, ਇੱਕ ਸਾਈਡ ਦੀ ਬਹੁਤ ਸਸਤੀ ਟਿਕਟ ਮਿਲਦੀ ਅਤੇ ਇੱਕ ਸਾਈਡ ਦੀ ਤਾਂ ਬਹੁਤ ਮਹਿੰਗੀ ਟਿਕਟ ਮਿਲਦੀ ਸੀ। ਅਤੇ ਪਰ ਵਾਪਸੀ ਆਉਣ ਦੀ ਕੋਈ ਸ਼ਿਓਰ ਨਹੀਂ ਹੈਗੀ ਸੀ ਕਿੱਦਣ ਦੀ ਮਿਲਦੀ ਸੀ, ਕਿਉਂਕਿ ਉਹਨਾਂ ਨੇ ਵਾਪਸ ਕੰਮ 'ਤੇ ਫਿਰ 3 ਤਰੀਕ ਨੂੰ ਲੱਗਣਾ ਸੀ ਸੋਮਵਾਰ, ਅਤੇ ਉਹਦੇ ਕਰਕੇ ਕਰਦੇ 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 ਟਿਕਟ ਲਈ ਨਹੀਂ ਗਈ। ਅਤੇ ਚਲੋ ਵਧੀਆ ਹੋ ਗਿਆ ਇਸ ਗੱਲੋਂ ਵੀ ਜੇ ਨਹੀਂ ਗਏ, ਕਿਉਂਕਿ ਫਲਾਈਟਾਂ ਜਿਹੜੀਆਂ ਬੰਦ ਹੋ ਗਈਆਂ 15 ਤਰੀਕ ਤੱਕ, ਅਤੇ ਫਿਰ ਕੰਮ 'ਤੇ ਜਾਣਾ ਔਖਾ ਹੋ ਜਾਣਾ ਸੀ। ਅਤੇ 1-2 ਮੇਨ ਅੱਜ ਆਪਾਂ ਗੱਲਾਂ ਕਰਾਂਗੇ, ਸਪੈਸ਼ਲ ਮੈਂ ਆਪਣੇ ਵਾਸਤੇ ਕਰੂੰਗੀ, ਪਰ ਜਿਹੜੇ ਪਹਿਲਾਂ ਕਮੈਂਟ ਆਏ ਸੀ ਮੈਨੂੰ ਮੈਂ ਉਹਨਾਂ ਵਾਸਤੇ ਗੱਲ ਕਰੂੰਗੀ। ਵਿੱਚੋਂ 1-2 ਜਣਿਆਂ ਨੇ ਪੁੱਛਿਆ ਸੀ ਕਿ ਤੁਸੀਂ ਜਿਹੜੇ ਵੀਡੀਓ ਬਣਾਉਂਦੇ ਉਹਦੇ ਵਿੱਚ ਤੁਸੀਂ ਲਾਈਟ ਯੂਜ਼ ਕਰਦੇ ਹੋ ਕਿ ਜਾਂ ਨਹੀਂ ਕਰਦੇ? ਮੈਂ ਬਿਨਾਂ ਲਾਈਟ ਤੋਂ ਹੀ ਮਤਲਬ ਕਿ ਜਿਹੜੀ ਆ ਵੀਡੀਓ ਬਣਾਉਣ ਡਏ ਹਾਂ। ਜਿਹੜੀਆਂ ਸਿਆਲ ਦੇ ਵਿੱਚ ਹੁੰਦੀਆਂ ਰਹੀਆਂ ਸੀ ਉਹਨਾਂ ਵਿੱਚ ਆਪਾਂ ਲਾਈਟ ਯੂਜ਼ ਕੀਤੀ ਸੀ, ਅਤੇ ਹੋਣ ਵਾਲੇ ਦੇ ਵਿੱਚ ਆਪਾਂ ਕੋਈ ਲਾਈਟ ਨਹੀਂ ਆ, ਅਤੇ ਫੋਨ ਦੇ ਹੀ ਕੈਮਰੇ ਤੋਂ ਆਪਾਂ ਜਿਹੜੀ ਆ ਵੀਡੀਓ ਜਿਹੜੀ ਆ ਬਣਾਈ ਦੀ ਆ, ਵਲੋਗ ਬਣਾਈ ਦੇ ਆ, ਅਤੇ ਸਪੈਸ਼ਲ ਕੋਈ ਕੈਮਰਾ ਨਹੀਂ ਆ। ਮੇਰੇ ਕੋਲ ਰੈਡਮੀ ਦਾ ਹੀ ਫੋਨ ਆ, ਅਤੇ ਬਸ ਇਹੀ ਮੈਂ ਵੀਡੀਓ ਇਹਦੇ ਨਾਲ ਹੀ ਬਣਾਉਂਦੀ ਹਾਂ, ਅਤੇ ਵਧੀਆ ਚੱਲਦੀਆਂ ਆ। ਅਤੇ ਬਾਕੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿਹੜਾ ਇੰਨਾ ਪਿਆਰ ਕਰਦੇ ਹੋ, ਕਾਫੀ ਦਿਨਾਂ ਬਾਅਦ ਜਿਹੜੀਆਂ ਵੀਡੀਓ ਆਉਣ ਲੱਗੀਆਂ, ਅਤੇ ਇਸ ਕਰਕੇ। ਅਤੇ ਦੂਜੀ ਗੱਲ ਮੈਂ ਇਹ ਲੱਗੀ ਸੀ ਕਰਨ ਕਿ ਮੈਂ ਸ਼ਾਈਆਂ ਵਾਸਤੇ ਬਹੁਤ ਕੁਛ ਟਰਾਈ ਕੀਤਾ, ਪਰ ਕੁਛ ਹੱਦ ਤੱਕ ਇਸ ਸਾਈਡ ਤੋਂ ਤਾਂ ਕੁਛ ਹੱਦ ਤੱਕ ਘੱਟ ਗਈ ਹੈ, ਅਤੇ ਇਸ ਸਾਈਡ ਤੋਂ ਜਿਹੜੀ ਹੈ ਨਹੀਂ ਥੋੜ੍ਹੀ ਵੀ ਘਟੀ, ਉੱਦਾਂ ਹੀ ਆ। ਅਤੇ ਜੇ ਕਿਸੇ ਕੋਲ ਪੱਕਾ ਇਲਾਜ ਹੈਗਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ, ਕਿਉਂਕਿ ਇੱਦਾਂ ਤਾਂ ਨਹੀਂ ਪਤਾ ਲੱਗਦਾ। ਇਸ ਸਾਈਡ ਦੀ ਗੱਲ ਤਾਂ ਹੈਗੀ ਆ, ਇਸ ਸਾਈਡ 'ਤੇ ਬਹੁਤ ਜ਼ਿਆਦਾ ਘੱਟ ਗਈ ਹੈ, ਇੱਥੇ ਤੱਕ ਹੀ, ਉੱਪਰ ਤੱਕ ਹੀ, ਅਤੇ ਥੋੜ੍ਹੀ ਰਹਿ ਗਈ ਇੱਥੋਂ ਲੈ ਕੇ ਇੰਨੀ ਕੁ ਰਹਿ ਗਈ ਆ, ਬਿਲਕੁਲ ਥੋੜ੍ਹੀ ਹੈ ਇਸ ਸਾਈਡ ਦੀ, ਤਾਂ ਬਹੁਤ ਲੰਬੀ ਆ। ਅਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਇਹ ਜਿਹੜੀ ਵੀਡੀਓ ਸਪੈਸ਼ਲ ਮੈਂ ਸ਼ਾਈਆਂ ਵਾਸਤੇ ਬਣਾਈ ਆ, ਅਤੇ ਜੇ ਕਿਸੇ ਕੋਈ ਪੱਕਾ ਇਲਾਜ ਹੈਗਾ ਤਾਂ ਦੱਸ ਸਕਦਾ ਵਾ, ਕਿਉਂਕਿ ਮੈਂ ਹਰ ਤਰ੍ਹਾਂ ਦੀ ਕਰੀਮ ਵੀ ਵਰਤ ਕੇ ਵੇਖ ਕੇ ਲਈ ਆ, ਜੋ ਜੋ ਮਤਲਬ ਕਿ ਦੇਸੀ ਨੁਸਖੇ ਹੋ ਗਏ, ਕਰੀਮਾਂ ਹੋ ਗਈਆਂ, ਸਭ ਕੁਛ ਵਰਤ ਕੇ ਵੇਖ ਲਿਆ। ਅਤੇ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਜਿਨ੍ਹਾਂ ਦੇ ਮੇਰੇ ਵਾਂਗੂ ਸ਼ਾਈਆਂ ਪਈਆਂ ਸੀ ਅਤੇ ਉਹਨਾਂ ਦੀਆਂ ਹਟ ਗਈਆਂ, ਅਤੇ ਪਲੀਜ਼ ਪਲੀਜ਼ ਮੇਰੀ ਵੀ ਥੋੜ੍ਹੀ ਜਿਹੀ ਹੈਲਪ ਕਰ ਦਿਉ। ਅਤੇ ਉਹਦੇ ਨਾਲ ਇਹ ਆ ਕਿ ਮੇਰੀਆਂ ਸ਼ਾਈਆਂ ਹਟ ਜਾਣਗੀਆਂ, ਕਿਉਂਕਿ ਬਹੁਤ ਜ਼ਿਆਦਾ ਡਰ ਕੇ ਹੀ ਪਰ ਆਪੇ ਲਾਈਟ ਹੋ ਗਈਆਂ ਆ, ਜਦੋਂ ਆਪਾਂ ਥੋੜ੍ਹਾ ਬਹੁਤਾ ਮੇਕਅਪ ਕਰੀਦਾ ਵਾ ਅਤੇ ਫਿਰ ਘੱਟ ਦੇਖਦੀਆਂ ਆ, ਅਤੇ ਬਿਨਾਂ ਮੇਕਅਪ ਤੋਂ ਤਾਂ ਦੇਖਦੀਆਂ ਹੀ ਆ। ਹੁਣ ਮੈਂ ਕੋਈ ਮੇਕਅਪ ਨਹੀਂ ਕੀਤਾ, ਕੁਛ ਨਹੀਂ ਕੀਤਾ, ਪਰ ਨਾਲ ਦੀ ਨਾਲ ਮੇਰੇ ਜਿਹੜੇ ਆ ਅੱਖੋ ਵਾਈਟ ਹੈਡ ਜਿਹੜੇ ਆ, ਇੱਕ ਤਾਂ ਹੁੰਦੇ ਨਾ ਬਲੈਕ ਹੈਡ, ਇਹ ਵਾਈਟ ਹੈਡ ਜੇ ਹੋਣੇ ਸ਼ੁਰੂ ਹੋ ਗਏ ਆ, ਅਤੇ ਪਤਾ ਨਹੀਂ ਕਿਉਂ ਹੋਣੇ ਸ਼ੁਰੂ ਹੋ ਗਏ ਆ, ਦੋਨੋਂ ਸਾਈਡ 'ਤੇ ਕਾਫੀ ਜ਼ਿਆਦਾ ਹੀ ਮਤਲਬ ਕਿ ਹੋ ਗਏ, ਇੱਥੋਂ ਇੱਥੋਂ ਇਸ ਸਾਈਡ 'ਤੇ ਕੁਛ ਜ਼ਿਆਦਾ ਇੱਥੇ ਸਾਫ਼ ਸਾਫ਼ ਦਿਖਦੇ ਪਏ ਆ। ਅਤੇ ਪਲੀਜ਼ ਦੱਸਿਓ ਜ਼ਰੂਰ ਜੇ ਕਿਸੇ ਕੋਲ ਕੋਈ ਤਰੀਕਾ ਹੈਗਾ ਵਾ, ਅਤੇ ਮੈਂ ਵੀ ਆਪਣਾ ਉਹ ਵੀ ਜਿਹੜਾ ਤਰੀਕਾ ਬਣਾ ਕੇ ਵੇਖ ਲੈਂਦੇ ਹਾਂ, ਠੀਕ ਆ ਜੀ। ਅਤੇ ਅੱਜ ਵਾਲੀ ਵੀਡੀਓ ਸਿਰਫ ਮੈਂ ਇੰਨੀ ਕੁ ਹੀ ਬਣਾਈ ਆ, ਅਤੇ ਪਲੀਜ਼ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਵਰਤਿਆ ਜਾਏ, ਕੀ ਬਣਾਇਆ ਜਾਏ ਜਿਹਦੇ ਨਾਲ ਇਹ ਹਟ ਜਾਣ, ਜੇ ਕਿਸੇ ਨੇ ਇੰਡੀਆ ਤੋਂ ਮੈਡੀਸਨ ਖਾਧੀ ਆ ਜਾਂ ਇੱਥੋਂ ਕੁਛ ਲਿਆ ਵਾ, ਅਤੇ ਪਲੀਜ਼ ਮੇਰੀ ਵੀ ਹੈਲਪ ਕਰਿਓ। ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।